ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਦਿਓ ਜਾਣਕਾਰੀ ਕੀ ਘਟਨਾ ਵਾਪਰੀ ਤੁਹਾਡੇ ਨਾਲ ਜੀ। ਵੀਰਵਾਰ ਵਾਲੀ ਰਾਤ ਨੂੰ 1:30 ਵਜੇ ਜੀ ਉਹਨਾਂ ਨੇ ਸਾਡੇ ਘਰ ਬੰਦੇ ਪੁਆ ਦਿੱਤੇ ਜੀ, ਚਾਨੀ ਨੇ ਜੀ। 6 ਜਣੇ ਬੰਦੇ, ਅਣਪਛੱਤੇ ਬੰਦੇ ਸੀ ਜੀ। ਉਹਨਾਂ ਨੇ ਸਾਡੀ ਮਾਰਕੁੱਟ ਬੜੀ ਜ਼ਿਆਦਾ ਕੀਤੀ ਜੀ। ਫਿਰ ਉਹਨਾਂ ਨੇ ਬੰਦਿਆਂ ਨੂੰ ਭਜਾ ਦਿੱਤਾ। ਅਸੀਂ ਜਦ ਚੌਂਕੀ ਜਾਣ ਲੱਗੇ ਜੀ, ਉਹਨਾਂ ਨੇ ਰਾਸਤੇ 'ਚ ਸਾਨੂੰ ਫੜ ਲਿਆ ਅਤੇ ਸਾਨੂੰ ਬਹੁਤ ਕੁੱਟਮਾਰ ਕੀਤੀ ਜੀ। ਮੈਨੂੰ ਸੜਕ ਦੇ ਵਿੱਚ ਬੜਾ ਘਟੀਸਿਆ। ਮੇਰਾ 3 ਸਾਲ ਦਾ ਬੇਟਾ ਜੀ, ਇਹਨਾਂ ਨੂੰ ਫੜ ਕੇ ਵੱਟਿਆ ਅਤੇ ਚਲਾ ਕੇ ਮਾਰਿਆ ਜੀ। ਮੇਰੇ ਘਰ ਵਾਲੇ ਨੂੰ ਕੁੱਟਮਾਰ ਕਰਕੇ ਉਹਨਾਂ ਨੇ ਛੱਪੜ ਦੇ ਵਿੱਚ ਸੁੱਟ ਦਿੱਤਾ ਜੀ। ਉਹਨਾਂ ਤੋਂ ਜਦ ਨਿਕਲਿਆ ਨਹੀਂ ਗਿਆ, ਉਦੋਂ ਨੂੰ ਉਹਨਾਂ ਨੇ ਮੇਰੀ ਇੱਜ਼ਤ ਖਰਾਬ ਕੀਤੀ ਅਤੇ ਬੜੀ ਮੇਰੀ ਮੰਦੀ ਹਾਲਤ ਕੀਤੀ ਜੀ। ਚਾਨੀ ਕੌਣ ਹੈਗਾ? ਅਮਰੀਕ ਸਿੰਘ ਚਾਨੀ ਜੀ, ਕੁੰਦਰ ਸਿੰਘ ਦਾ ਬੇਟਾ ਜੀ, ਮੇਰੇ ਘਰ ਵਾਲੇ ਦਾ ਤਾਏ ਦਾ ਲੜਕਾ ਜੀ। ਕੀ ਵਜ੍ਹਾ ਰੰਜਿਸ਼ ਕੀ ਰਹੀ ਹੈ? ਕਿਉਂ ਵਜ੍ਹਾ ਜੀ? ਮੈਨੂੰ ਕਹਿੰਦਾ ਸੀ, ਗਲਤ ਕੰਮ ਕਹਿੰਦਾ ਸੀ ਜੀ। 1 ਸਾਲ ਤੋਂ ਕਹਿ ਰਿਹਾ ਸੀ, ਮੈਨੂੰ ਪਰੇਸ਼ਾਨ ਕਰ ਰਿਹਾ ਸੀ ਜੀ। ਜਦ ਮੈਂ ਉਹਨਾਂ ਨੂੰ ਮਨਾ ਕਰ ਦਿੱਤਾ, ਉਹਨਾਂ ਨੇ 1.5 ਮਹੀਨਾ ਪਹਿਲਾਂ ਵੀ ਮੇਰੇ ਨਾਲ ਇਸ ਤਰ੍ਹਾਂ ਕੀਤੀ। ਚੋਰੀ ਆਇਆ, ਕੰਧ ਟੱਪ ਕੇ ਜਦ ਮੇਰੇ ਨਾਲ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਜਦ ਮੈਨੂੰ ਮੇਰਾ ਭਰਾ ਹਟਾਉਣ ਲੱਗਾ ਅਤੇ ਮੇਰੇ ਘਰ ਵਾਲਾ, ਉਹਨਾਂ ਦੀ ਵੀ ਬਹੁਤ ਉਹਨੇ ਬੰਦੇ ਸੱਦ ਕੇ ਕੁੱਟਮਾਰ ਕਰਵਾਈ ਅਤੇ ਮੇਰੀ ਵੀ, ਮੇਰੇ ਘਰ ਵਾਲੇ ਦੀ ਵੀ ਜੀ। ਅਸੀਂ, ਸਾਨੂੰ 11 ਦਿਨ ਹੋ ਗਏ ਸੀ ਪਿੰਡ ਗਏਆਂ ਨੂੰ, ਉਹਨੇ ਕੱਲ੍ਹ ਫਿਰ ਸਾਡੇ ਨਾਲ ਆਹ ਹਰਕਤ ਕਰਵਾਈ ਜੀ। ਕੌਣ ਕੌਣ ਬੰਦੇ ਸੀ ਜਿਹੜੇ ਤੁਹਾਨੂੰ ਗਲਤ ਕੰਮ ਕਰਨ ਨੂੰ ਕਹਿੰਦੇ ਸੀ ਜੀ? 1 ਅਮਰੀਕ ਸਿੰਘ ਚਾਨੀ ਸੀ ਜੀ, ਦਿਲਬਾਗ ਸਿੰਘ ਦੰਨੂ ਸੀ ਜੀ, ਜੀ 1 ਪੱਪੀ ਸੀਗਾ। ਹਾਂਜੀ, ਇਹਨਾਂ ਤਿੰਨਾਂ ਨੇ ਮੇਰੇ ਨਾਲ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜੀ। ਰਿਸ਼ਤੇਦਾਰੀ ਚੋਂ ਤੁਹਾਡੇ ਜੀ? ਨਹੀਂ ਜੀ, ਇਹ ਮੇਰੇ ਤਾਏ ਸਹੁਰੇ ਦਾ ਲੜਕਾ ਅਮਰੀਕ ਸਿੰਘ ਚਾਨੀ ਜੀ, ਉਹ ਤਾਏ ਸਹੁਰੇ ਦੇ ਪੋਤਰੇ ਆ ਦੋਨੇ। ਤੇ ਹੁਣ ਤੁਸੀਂ ਕੀ ਮੰਗ ਕਰਦੇ ਹੈਗੇ ਜੀ? ਅਸੀਂ ਇਹ ਮੰਗ ਕਰਦੇ, ਜਿੱਦਾਂ ਮੇਰੇ ਨਾਲ ਹਰਕਤ ਕੀਤੀ, ਮੇਰੀ ਇੱਜ਼ਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਜੀ। ਪਹਿਲਾਂ ਵੀ ਸ਼ਿਕਾਇਤ ਪੁਲਿਸ ਨੂੰ ਕੀਤੀ? ਹਾਂਜੀ, ਕੀਤੀ ਸੀ ਜੀ। ਉਹਨਾਂ ਨੇ ਜੇਕਰ ਕੋਈ ਕਾਰਵਾਈ ਕੀਤੀ ਹੁੰਦੀ, ਅੱਜ ਸਾਡੇ ਨਾਲ ਹਰਕਤਾਂ ਨਹੀਂ ਹੁੰਦੀਆਂ ਸੀ ਜੀ। ਕੀ ਨਾਂ ਤੁਹਾਡਾ? ਗੁਰਪ੍ਰੀਤ ਸਿੰਘ ਜੀ। ਕਿਹੜੇ ਪਿੰਡ ਦੇ ਹੋ? ਡੋਲੇਵਾਲ ਦੇ। ਕੀ ਘਟਨਾ ਵਾਪਰੀ ਤੁਹਾਡੇ ਨਾਲ ਤੇ ਤੁਹਾਡੀ ਘਰ ਵਾਲੀ ਨਾਲ? ਘਟਨਾ ਵਾਪਰੀ ਵੀਰਵਾਰ ਦੇ ਰਾਤ, ਮੈਨੂੰ ਕੁੜੀ ਨੂੰ ਲੈ ਕੇ ਘੜੀਸ ਕੇ ਤੇਂਦੀ ਇੱਤ ਨੂੰ ਪੈ ਗਏ ਜੀ, ਤੇ ਬਾਅਦ ਵਿੱਚ ਮੈਨੂੰ ਛੱਪੜ 'ਚ ਸੁੱਟਤਾ ਜੀ। ਕਿੰਨੇ ਵਜੇ ਦਾ ਵਾਕਿਆ? ਕੌਣ ਕੌਣ ਸੀਗੇ? ਇਹ ਮੇਰੇ ਤਾਏ ਦੇ ਪੋਤੇ ਸੀਗੇ 2, ਤੇ 1 ਮੇਰੇ ਤਾਏ ਦਾ ਮੁੰਡਾ ਹੈ, ਤੇ ਉਹਦੀਆਂ ਨੌਵਾਂ ਸੀਗੀਆਂ ਤਿੰਨੇ ਜੀ, ਤੇ ਉਹ 1 ਸਾਲ ਤੋਂ ਪਰੇਸ਼ਾਨ ਕਰ ਰਹੇ ਨੇ। ਤੁਹਾਡੇ ਨਾਲ ਮਾਰਕੁੱਟ ਕੀਤੀ? ਹਾਂਜੀ, ਮੇਰੇ ਨਾਲ ਮਾਰਕੁੱਟ ਕੀਤੀ, ਇਹਨਾਂ ਨਾਲ ਮੇਰੇ ਬੱਚੇ ਨਾਲ ਵੀ ਮਾਰਕੁੱਟ ਕੀਤੀ, ਤੇ ਪੁਲਿਸ ਵਾਲੇ ਆਉਂਦੇ ਵੀ, ਪੁਲਿਸ ਵਾਲੇ ਮੇਰੇ ਬੰਨੇ ਹੋਏ ਨੇ, ਮੇਰੇ ਕੌਲੀ ਜੱਟ ਨੇ ਜੀ, ਮੇਰੇ ਕੌਲੀ ਜੱਟ ਦੇ ਝੂਠੀ। ਕੀ ਵਜ੍ਹਾ ਰੰਜਸ ਕੀ ਹੈ? ਵਜ੍ਹਾ ਕਿ ਇੱਤ ਨੂੰ ਪੈਂਦੇ ਨੇ ਦਿਨ ਵਾਰ ਵਾਰ। ਇਸ ਤੋਂ ਪਹਿਲਾਂ ਵੀ ਇਹੋ ਜਿਹਾ ਘਟਨਾ? ਇਸ ਤੋਂ ਪਹਿਲਾਂ ਵੀ ਹੋਇਆ, 1.5 ਮਹੀਨਾ ਹੋ ਗਿਆ। ਇਸ ਤੋਂ ਪਹਿਲਾਂ ਉਦੋਂ ਕੀ ਕਾਰਵਾਈ ਹੋਈ ਸੀ? ਉਦੋਂ ਸਿਰ ਭਾਰਤਾ ਜੀ, ਉਹ ਇਹ ਕਾਰਨ ਸੀ। ਕੀ ਮੰਗ ਕਰਦੇ ਹੁੰਦੇ? ਕਾਰਵਾਈ, ਸਾਨੂੰ ਜੀ ਇਨਸਾਫ ਚਾਹੀਦਾ ਜੀ। ਮਿਤੀ 18-19 ਦੀ ਦਰਮਿਆਨੀ ਰਾਤ ਨੂੰ ਪਿੰਡ ਦੌਲਾਵਾਲਾ ਵਿਖੇ ਵੀਰਪਾਲ ਕੌਰ ਅਤੇ ਉਸਦੇ ਬ੍ਰਦਰ ਅਮਰਜੀਤ ਸਿੰਘ ਨੂੰ ਅਮਰੀਕ ਸਿੰਘ, ਤਲਬਾਗ ਸਿੰਘ, ਸਤਨਾਮ ਸਿੰਘ, ਸਰਬਜੀਤ ਕੌਰ, ਸੁਰਜੀਤ ਕੌਰ ਅਤੇ ਕਰਮਜੀਤ ਕੌਰ ਵੱਲੋਂ ਵੀਰਪਾਲ ਕੌਰ ਹੋਣਾਂ ਦੇ ਘਰ ਦੇ ਅੰਦਰ ਵੜ ਕੇ ਸੱਟਾਂ ਮਾਰ ਕੇ ਜ਼ਖਮੀ ਕੀਤਾ ਗਿਆ ਸੀ, ਜੋ ਇਹ ਦੋਨੋਂ ਵੀਰਪਾਲ ਕੌਰ ਅਤੇ ਅਮਰਜੀਤ ਸਿੰਘ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਹੋਏ ਸੀ, ਜਿਨ੍ਹਾਂ ਦੇ ਬਿਆਨਾਂ 'ਤੇ ਇਹਨਾਂ ਅਮਰੀਕ ਸਿੰਘ ਵਗੈਰਾ ਕੁੱਲ 6 ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 98 ਮਿਤੀ 20/7/19 ਅਧੀਨ ਧਾਰਾ 452, 324, 323, 506, 148, 49, 148 IPC ਥਾਣਾ ਕੋਟ ਇਸੇ ਖਾਂ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ, ਜੋ ਇਹ ਦੋਸ਼ੀਆਂ ਦੇ ਵੱਲੋਂ ਪਹਿਲਾਂ ਵੀ ਇਹਨਾਂ ਦੇ ਨਾਲ ਵੀਰਪਾਲ ਕੌਰ ਹੋਣਾਂ ਨਾਲ ਹੀ ਕੁੱਟਮਾਰ ਕੀਤੀ ਗਈ ਸੀ, ਜਿਸ ਦੇ ਸੰਬੰਧ ਵਿੱਚ ਪੁਲਿਸ ਵੱਲੋਂ 107/51 ਦੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਪੇਸ਼ ਅਦਾਲਤ ਕੀਤਾ ਸੀ, ਜਿਸ ਗੱਲ ਦਾ ਇਹ ਦੋਸ਼ੀ ਦਿਲ ਦੇ ਵਿੱਚ ਗੁੱਸਾ ਰੱਖਦੇ ਸਨ, ਜੋ ਇਹਨਾਂ ਨੇ ਦੁਬਾਰਾ ਉਹਨਾਂ ਨੂੰ ਇਹ ਸੱਟਾਂ ਮਾਰ ਕੇ ਜ਼ਖਮੀ ਕੀਤਾ ਹੈ। ਇਹਨਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਵੇ। ਪਲੀਜ਼ ਸਬਸਕ੍ਰਾਈਬ ਅਵਰ ਚੈਨਲ ਫੋਰ ਮੋਰ ਅਪਡੇਟਸ। ਯੂ ਕੈਨ ਫੋਲੋ ਅਸ ਟਵਿੱਟਰ ਐਂਡ ਫੇਸਬੁੱਕ।